ਆਓ ਲੋਕ ਇੱਥੇ ਲਾ ਦੋ ਲਾ ਦੋ ਲਾ ਦੋ ਚੱਕਦਾ ਆਪਣਾ ਹੀ ਕਰਾ ਲਿਆ ਯਾਰ। ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ, ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ। ਯੈਸ, ਕੀ ਕਿੱਦਾਂ ਦੁਬਾਰਾ ਫਲੋ ਕਰ ਦੇਣੀ ਆਪਾਂ ਫਲੋ ਆ ਰਿਹਾ। ਯੈਸ, ਲਾ ਦੇ ਲਾ ਦੇ ਲਾ ਦੇ, ਮਾਰਤੀ ਮਾਰਤੀ ਵਾਪਸ ਖਿੱਚ ਲੈ, ਵਾਪਸ ਖਿੱਚ ਲੈ, ਵਾਪਸ ਖਿੱਚ ਲੈ। ਲਓ ਜੀ, ਆਪਣੇ 6 ਫੁੱਟ ਵਾਲਾ ਆ ਗਿਆ ਵਾ, 6 ਫੁੱਟ ਵਾਲੀ ਗੁੱਡੀ ਆਪਣੀ ਤਿਆਰ ਹੈ ਹੁਣ। ਚਲੋ 1 2 3 4। ਹੈਲੋ ਗਾਇਸ, ਵੈਲਕਮ ਟੂ ਚੈਨਲ, ਆਈ ਹੋਪ ਤੁਸੀਂ ਸਾਰੇ ਘੈਂਟ ਹੋ ਤੇ ਆ। ਚੈੱਕ ਕਰੋ ਭਰਾ, ਢਿੱਲੋ ਗੁੱਡੇ ਬਹੁਤ ਜ਼ਿਆਦਾ ਉੱਡ ਰਹੇ, ਬਹੁਤ ਜ਼ਿਆਦਾ ਲੋਹੜੀ ਤੇ ਨਹੀਂ ਏਡੇ ਉੱਡ ਰਹੇ ਸੀਗੇ, ਮੈਂ ਕਹਿੰਦਾ ਜਿੰਨੇ ਉੱਡਦੇ ਪਏ ਹੁਣ। ਉੱਪਰ ਖਿੱਚ, ਚੱਕਦੇ ਆਪਣੇ ਆਪਣੇ ਸਾਡਾ ਇੱਕ ਹੋਰ ਪੁਰਾਣਾ ਵਾ, ਇਹਦਾ ਵੀ ਇੱਕ ਚੈਨਲ ਹੈਗਾ, ਇੰਸਟਾ ਤੇ ਪੇਜ ਹੈਗਾ ਵਾ। ਅਸੀਂ ਜਿਵੇਂ ਕਿ ਜਿਵੇਂ ਤੁਹਾਨੂੰ ਪਤਾ ਲੋਹੜੀ ਦਾ ਸੀਜ਼ਨ ਹੈ ਤੇ ਸਾਨੂੰ ਹਮੇਸ਼ਾ ਧਾਗਾ ਡੋਰ ਯੂਜ਼ ਕਰਨੀ ਚਾਹੀਦੀ ਹੈ। ਸਾਨੂੰ ਬਿਲਕੁਲ ਵੀ ਪਲਾਸਟਿਕ ਡੋਰ ਦਾ ਯੂਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਤੁਹਾਨੂੰ ਪਤਾ ਕਾਫੀ ਪੈਰਟਸ ਵਗੈਰਾ ਉੜ, ਪੰਛੀ ਵਗੈਰਾ ਉੱਡਦੇ ਨੇ। ਆਪਾਂ ਜੋ ਉਡਾ ਰਹੇ ਮੋਨੋਕੋ, ਜਿਹੜੇ ਮਾਂਜਾ ਹੈਗੀ ਆ ਪਿਓਰ ਕੋਟਨ ਥਰੈਡ, ਕੋਟਨ ਥਰੈਡ ਇੰਡੀਅਨ ਹੈਗਾ ਵਾ। ਤੇ ਗਾਈਜ਼, ਤੁਸੀਂ ਵੀ ਨਾ ਪਲਾਸਟਿਕ ਡੋਰ ਯੂਜ਼ ਨਾ ਕਰਿਓ, ਓਕੇ? ਵਾਈਡ ਐਂਗਲ ਤੇ ਵਿਊ ਚੈੱਕ ਕਰੋ। ਗੁੱਡੇ ਗੁੱਡੇ ਕੀ ਉਹ ਗੁੱਡਾ ਚਮੇੜ ਕੇ ਲਿਆ ਰਿਹਾ ਸਾਡਾ, ਓਏ ਆ ਗਿਆ ਗੁੱਡਾ, ਉਹ ਦੇਖੋ ਆ ਇਹਨੂੰ ਖਿੱਚ ਪੈਣ ਲੱਗੀ। ਅੰਕਲ ਦੀ ਵੀਡੀਓ ਬਣਾ, ਕਿਹੜੀ ਉਹ ਇੱਧਰ ਵੀਡੀਓ ਬਣਾ ਰਹੇ, ਤਿੰਨ ਤਿੰਨ ਪਤੰਗ ਆ ਰਹੇ ਢਿੱਲੋ। ਅੰਕਲ ਦਾ ਮੁੰਡਾ ਨੀਚੇ ਨਹੀਂ ਜਾ ਰਿਹਾ, ਅੰਕਲ ਨੇ ਸੋਟੀ ਫੜ ਕੇ ਕੁੱਟਦਾ ਪਿਆ। ਉਹ ਦੇਖੋ ਗਾਈਜ਼, ਅੰਕਲ ਦਾ ਮੁੰਡਾ ਨੀਚੇ ਨਹੀਂ ਜਾ ਰਿਹਾ, ਅੰਕਲ ਸੋਟੀ ਫੜ ਕੇ ਕੁੱਟਦਾ ਪਿਆ। ਉਹ ਦੇ ਤਿੰਨ ਤਿੰਨ ਪਤੰਗ ਆ ਰਹੇ, ਉਹ ਭਰਾ ਤਿੰਨ ਤਿੰਨ, ਉਹ ਦੇਖੋ ਉਹ ਚਿੱਟਾ, ਉਹਦੇ ਉੱਤੇ ਦੋ। ਇਹਦਾ ਭਰਾ ਵੀ ਲੁੱਟਣ ਵਾਲਾ ਸੀਗਾ, ਉਹ ਕੈਨੇਡਾ ਪਹੁੰਚ ਗਿਆ, ਉਹਦੀ ਕਸਰ ਹੁਣ ਪੂਰੀ ਕਰਦਾ ਪਿਆ। ਉਹ ਕੈਨੇਡਾ ਹੀ ਪਤੰਗ ਲੁੱਟਦਾ, ਇੱਥੇ ਲੁੱਟਦਾ ਉਹ ਕੈਨੇਡਾ ਪੈਸੇ ਲੁੱਟਦਾ। ਸ਼ਰੀਕੋ ਸੜੋ ਸੜੋ, ਬੰਟੀ ਕੋਲ 50 ਰੁਪਈਏ ਨੇ। ਮਜ਼ਦੂਰ ਦਾ ਹੱਥ ਚੈੱਕ ਕਰੋ, ਭਰਾ ਹੋਣਾ ਨੇ ਬਰਗਰ ਬੁਰਗਰ ਖਾ ਕੇ ਬਹਿ ਗਏ ਨੇ, ਥੱਕ ਗਏ ਨੇ, ਆਹ ਦੇਖੋ ਇਹਨਾਂ ਤੋਂ ਨੀ ਪਤੰਗ ਪਤੰਗ ਉਡਨੇ ਹੈਗੇ, ਆਹ ਚੈੱਕ ਕਰੋ। ਇਹ ਬੰਦੇ ਥੋੜੇ ਤੇਜ਼ ਲੱਗਦੇ ਪਤੰਗ ਪਤੰਗ ਉਡਾਉਣ ਚ, ਇਹ ਕੀ ਹੁੰਦੇ ਨੇ, ਫਿਰੋਜ਼ਪੁਰੀ ਹੁੰਦੇ ਨੇ, ਫਿਰੋਜ਼ਪੁਰੀ ਹੁੰਦੇ, ਇਹ ਅੰਮ੍ਰਿਤਸਰੀ, ਇਹ ਲੁਧਿਆਣੇ ਵਾਲੇ ਹੁੰਦੇ ਨੇ, ਕਹਿੰਦੇ ਸ਼ਾਹਪੁਰ ਵਾਲੇ ਹੁੰਦੇ ਨੇ, ਸ਼ਾਹਪੁਰ ਰੋਡ ਵਾਲੇ। ਅਸੀਂ ਕਹਿੰਦੇ ਪਰਵਾਹ ਨੀ ਕਰੀ ਦੀ, ਤਰੀ ਠੰਡੀ ਹੋ ਗਈ ਸਾਡੀ, ਸਾਡੇ ਚਿਕਨ ਦੀ ਤਰੀ ਠੰਡੀ ਹੋ ਗਈ ਏ। ਲਓ ਤੁਹਾਨੂੰ ਬਾਈਟ ਲੈ ਕੇ ਦਾਨੇ ਆ,
ਕਿਆ ਚਿਕਨ ਬਣ ਗਿਆ ਗਿਆ ਛੱਜਾ ਓਏ ਇੱਕ ਹੋਰ ਉੱਪਰ ਦੋ ਛੱਜੇ ਗਏ ਦੋ ਛੱਜੇ ਚਲ ਗਏ ਗਾਇਸ ਦੋ ਛੱਜੇ ਚਲੇ ਦੋਨੋਂ ਲਪੇਟ ਲੈ ਉਹਨੇ ਦੋਨੋਂ ਲਪੇਟ ਲੈ ਭੈਣ ਚੋ ਉਹਨੇ ਦੋਨੋਂ ਲਪੇਟ ਲੈ ਉਹ ਉੱਪਰ ਛੱਜਾ ਦੇ ਆਹ ਦੇਖੋ ਆਹ ਦਿਖਾ ਆਹ ਦਿਖਾਓ ਛੱਜਾ ਵੱਡਾ ਅਰੇ ਯੈਸ ਯੈਸ ਫੜ 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 ਆਹ ਛੱਜਾ ਇਹਨੇ ਤੇ ਚਵਾਇੜ ਲਿਆ ਸੀਗਾ ਹੁਣ ਇਹ ਵੀ ਬੋ ਹੋ ਗਿਆ ਦੁਬਾਰਾ ਉਹ ਭਾਜੀ ਨੇ ਲਪੇਟ ਉਹ ਭਾਜੀ ਨੇ ਫੜ ਲਿਆ ਛੱਜਾ ਉਹ ਭਾਜੀ ਨੇ ਫੜ ਲਿਆ ਪੈਂਚਰ ਹੀ ਹੋ ਗਿਆ ਛੱਜਾ ਛੱਜਾ ਪੈਂਚਰ ਹੋ ਗਿਆ ਪਰ ਓਏ ਟੁੱਟ ਗਿਆ ਉਹ ਟੁੱਟ ਗਿਆ ਟੁੱਟ ਗਿਆ ਛੱਜਾ ਉਡਾਓਗੇ ਲੋ ਭਾਈ ਤੁਸੀਂ ਪੀਓ ਪੀਓ ਯਾਰ ਉਡਾਓ ਗੁੱਡੇ ਨੂੰ ਵੱਡੇ ਭੂਤਾਲੇ ਨੂੰ ਤੇ ਇਧਰ ਯਾਰ ਉਹਨੇ ਗੁੱਡੇ ਲੁੱਟਿਆ ਇੱਕ ਗੁੱਡਾ ਚਿੱਟੇ ਵਾਲਾ ਉਹ ਦੇਖੋ ਇਹਨਾਂ ਨੇ ਲੁੱਟਿਆ ਪਿੱਛੋਂ ਗੁੱਡਾ ਤੇ ਨਾਲ ਹੀ ਗੁੱਡੇ ਫਿਰੋਜ਼ਪੁਰੀ ਹੁੰਦੇ ਆ ਫਿਰੋਜ਼ਪੁਰੀ ਹੈ ਗਾਇਸ ਅੱਗੇ ਤੁਹਾਨੂੰ ਬਸੰਤਰਾ ਬਲੌਗ ਵੀ ਆਏਗਾ ਬਹੁਤ ਵਧੀਆ ਬਲੌਗ ਮਿਲੇਗਾ ਫਿਰੋਜ਼ਪੁਰ ਦੀ ਪਸੰਦ ਆਵਾਂਗੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਫਿਰੋਜ਼ਪੁਰ ਦੀ ਪਸੰਦ ਇਸ ਤੋਂ ਵੀ ਘੈਂਟ ਹੁੰਦੀ ਕਿਉਂਕਿ ਉੱਥੇ ਨਾ ਰਾਤੀ ਵੀ ਪਤੰਗ ਉੱਡਦੇ ਨੇ ਉਹ ਦੇਖੋ ਗਾਇਸ ਵੱਡਾ ਪਤੰਗ ਇਹਨੂੰ ਖਿੱਚ ਲਓ ਇਹਨੂੰ ਹਾਂ ਇਹਨੂੰ ਖਿੱਚ ਲਓ ਲੱਗ ਜੂਗੀ ਹਾਂ ਬਣ ਰਿਹਾ ਮੈਂ ਵੀਡੀਓ ਬਣਾ ਰਿਹਾ ਬਲੌਗ ਨਹੀਂ ਬਣਾ ਰਿਹਾ ਲਾਓ ਖਿੱਚ ਲਾ ਦੋ ਚੱਕਦਾ ਆਪਣਾ ਹੀ ਕਰਾ ਲਿਆ ਯਾਰ ਉਹ ਦੇਖੋ ਗਾਇਸ ਉਹ ਉੱਡਦਾ ਹੀ ਆ ਗੁੱਡਾ ਵੱਡਾ ਆਪਣਾ ਬਹੁਤ ਹੋਊਗਾ ਚਿੱਟੇ ਵਾਲਾ ਹਾਂਜੀ ਮਿੱਤਰੋ ਆਪਣਾ ਭੂਤ ਵਾਲਾ ਪਤੰਗ ਉਹ ਚੜ ਗਿਆ ਅਸਮਾਨ ਚ ਸਿਖਰ ਤੇ ਫੋਕਸ ਹੋਇਆ ਉਹ ਰਿਹਾ ਆਪਣਾ ਪਤੰਗ ਚੜਾਇਓ ਕਿੰਨੇ ਰੇ ਮੈਨੂੰ ਫੜਾਇਓ ਹੁਣ ਮੈਂ ਬਤਾਨਾ ਉਡਾਨਾ ਬਣਾਇਓ ਵਿੱਚ ਉਡਿਓ ਪੇਚਾ ਪੈ ਗਿਆ ਪੇਚਾ ਪੈ ਗਿਆ ਓਹੋ ਪਤੰਗ ਕਿੱਡੇ ਹੀ ਉੱਡ ਰਹੀ ਇੱਥੇ ਤਾਂ ਓਕੇ ਆਈਏ ਗਾਇਸ ਆ ਦੇਖੋ ਇਹਨੇ ਕੋ ਪਤੰਗ ਕੋਈ ਬੋ ਨਹੀਂ ਹੋ ਰਿਹਾ ਐਵੇਂ ਹੀ ਚਾਲੇ 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 ਬੱਚਿਆਂ ਤਰ੍ਹਾਂ ਲੱਗਾ ਹੈ ਚਾਲੇ ਕੀ ਹੋਇਆ ਚਾ ਮਰਨ ਲੱਜ ਨਹੀਂ ਹੁੰਦਾ ਛੱਡ ਦੇ ਓਏ ਕਿਚਮ ਕਿਚਾਈ ਹੋ ਗਈ ਚਾਲ ਆ ਦੇਖੋ ਗਾਇਸ ਬੋ ਦਾ ਆਇਆ ਨਹੀਂ ਚਾਲੇ ਗਈ ਇਹਨੇ ਆ ਗਈ ਆਪਦਾ ਵੱਡਿਆ ਗਿਆ ਤੇ ਦੂਜੇ ਸਾਡਾ ਵੱਡਿਆ ਕੇ ਕਿਸੇ ਦਾ ਸਾਡੇ ਕੋਲ ਆ ਗਿਆ ਤੁਹਾਨੂੰ ਸੁਣਨ ਨੂੰ ਮਿਲੂਗਾ ਆ ਰੇਡ ਭਿੰਡੀ ਵੱਲੋਂ $100 ਦਾ ਇਨਾਮ ਸਰਦਾਰ ਦੇ ਤੁਣਕੇ ਦੇਖੋ ਤੁਸੀਂ ਸਰਦਾਰ ਦੇ ਆ ਰਿਹਾ ਜੀ ਆ ਰਿਹਾ ਆ ਢਿੱਲੋ ਦਾ ਵਿੰਡ ਮਿਲ ਚਾਲੂ ਆ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬਿਲਕੁਲ ਸਹੀ ਮੂੰਹ ਦੇਖੋ ਸ਼ਰਮ ਨਾਲ ਲੁਕਾਉਂਦਾ ਵੇ ਕਿੱਦਾਂ ਦੁਬਾਰਾ ਫਲੋ ਕਰ ਲੈਣੀ ਆਪਾਂ ਉਡਾਓ ਮਾਰ ਖਿੱਚ ਮਾਰ ਦੇ ਖਿੱਚ ਮਾਰ ਦੇ ਮਾਰ ਦੇ ਇਹਨੇ ਥੋੜੀ ਮਾਰਨੀ ਉਧਰ ਮਾਰਨੀ ਬੋਲੇ ਨਾ
ਆ ਉਧਰ ਮਾਰਾ ਜਿਹੜਾ ਨਾਲ ਪਤੰਗ ਉੜਦਾ ਪਿਆ ਨਾ ਮਾਰਦੇ ਉਹ ਪਤੰਗ ਸਹੀ ਲੱਗ ਰਿਹਾ ਆ ਉਡਾਵਾਂਗੇ ਇਸ ਤੋਂ ਬਾਅਦ ਚਲੋ ਕੋਈ ਨੀ ਹੁਣ ਤਾਂ ਖਿੱਚ ਪੈ ਹੀ ਗਈ ਕੋਈ ਨੀ ਆਪਾਂ ਕੋਈ ਨੀ ਫਿਰ ਕੀ ਹੋਇਆ ਯਾਰ ਗੁੱਡੇ ਨੇ ਹੁਣ ਗੁੱਡੇ ਪਿੱਛੇ ਘਰ ਚ ਦੁਬਾਰਾ ਥੋੜੀ ਪਾ ਲੈਣੀਆਂ ਨੇ ਨਾਲ ਸਮਾਨ ਬੰਦੇ ਆ ਚੱਲ ਰਹੀ ਆ ਨੀਚੇ ਕਰੋ ਜੀ ਇਸਕੋ ਅਬਾਗ ਲਗਾ ਹਵਾਗੋ ਕਰੇਂਗੇ ਬਲੌਕ ਤੀਲੀ ਪੇ ਲਗਾਏਂਗੇ ਪਹਿਲੇ ਐਸੇ ਕਰਕੇ ਆਗ ਦੋ ਤੀਲੀਆਂ ਇਕੱਠੀਆਂ ਕਰੋ ਲਾਓ 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 ਅੱਗ ਲਾਓ ਅੱਗ ਲਾਓ ਓਏ ਦੋ ਪਤੰਗ ਫੱਟੇ ਜੋੜ ਲਓ ਬਲਗਮ ਵਾਲੀ ਓ ਗਿਆ ਗਾਇਜ਼ ਇੰਨਾ ਟਾਈਮ ਉਹ ਲੱਗ ਗਈ ਅੱਗ ਲੱਗ ਗਈ ਗਾਇਜ਼ ਅੱਗ ਲੱਗ ਚੁੱਕੀ ਹੈ ਡੋਲੇ ਦੇ ਨੀਚੇ ਨਾਲ ਨਾ ਨਾਲ ਕੁਛ ਆਓ ਬੰਦ ਹੋ ਉਹ ਪਤੰਗ ਬੰਦ ਹੋ ਯਾਰ ਪਤੰਗ ਬੰਦ ਹੋ ਨਹੀਂ ਪਤੰਗ ਉੱਡ ਜੂਗਾ ਨਹੀਂ ਉੱਡਣਾ ਕਨੂਰੇ ਨਹੀਂ ਉੱਡਦਾ ਬੰਦ ਚਲੋ ਫਿਰ ਦੇਖ ਲਓ ਕਿੱਦਾਂ ਕਰਨਾ ਨਾਲ ਇਹਦੇ ਗਾਇਜ ਦੇ ਨਾਲ ਆਪਾਂ ਹੁਣ ਬੰਨਣ ਲੱਗੇ ਆ ਬਰਗਰ ਦਾ ਡੱਬਾ ਆ ਉਹ ਯਾਰ ਬਿਲਕੁਲ ਛੋਟੀ ਥੋੜੀ ਬੰਨੀ ਆ ਯਾਰ ਲੰਬਾ ਬੰਨ ਉਹਨੂੰ ਉਹ ਯਾਰ ਉਹ ਛੱਡ ਦੇ ਇਹਨੂੰ ਛੱਡ ਦੇ ਜਾਂ ਦੇ ਅੱਗ ਲੱਗ ਗਈ ਡੋਲੇ ਨੂੰ ਇਹ ਬੰਦੇ ਨਹੀਂ ਕਾਮਯਾਬ ਨਹੀਂ ਹੈਗੇ ਉਹ ਗਿਆ ਡੋਲਾ ਆਪਣਾ ਗਿਆ ਗਿਆ ਫੜ ਲਓ ਫੜ ਲਓ ਗਿਆ ਵੀਡੀਓ ਚੜਾਇਆ ਢਿੱਲੋ ਭਾਜੀ ਨੇ ਸਾਡੇ ਢਿੱਲੋ ਭਾਜੀ ਗੰਦੀ ਉਹ ਮਾਰੋ ਮਾਰੋ ਖਿੱਚ ਮਾਰੋ ਉਹ ਆ ਗਿਆ ਜੀ ਢਿੱਲੋ ਦਾ ਪਤੰਗ ਹੋ ਰਿਹਾ ਆਹ ਖਿੱਚ ਮਾਰਨ ਲੱਗਿਆ ਢਿੱਲੋ ਕਾਲੀ ਕਰਾਉਣ ਲੱਗਾ ਢਿੱਲੋ ਭਾਜੀ ਫਿਰ ਫਿਰ ਚੱਕਣ ਲੱਗੇ ਆ ਬਿਲਕੁਲ ਸਿਰੇ ਦੀ ਆਹ ਦੇਖੋ ਜੀ ਅੱਜ ਤੁਹਾਨੂੰ ਆਪਾਂ ਪਤੰਗ ਬਾਜੀ ਦਿਖਾਉਂਦੇ ਆ ਗੋਲੇ ਦਾ ਬੋਗ ਬਿਲਕੁਲ ਨੇੜੇ ਗੋਲੇ ਦਾ ਬੋਗ ਕਹਿੰਦਾ ਗੋਲੇ ਨੇ ਕਹਿੰਦਾ ਡੋਰ ਨਹੀਂ ਵਜਿਆ ਪਤੰਗ ਹੀ ਫਟ ਗਿਆ ਫਿਜ਼ੀਕਲ ਡੈਮੇਜ ਹੋ ਗਿਆ ਸੀ ਪਤੰਗ ਨੂੰ ਆਪਾਂ ਹਾਰੇ ਨੀ ਆ ਹਾਰਨਾ ਤੇ ਇਹਨਾਂ ਨੇ ਆ ਕਿੱਥੇ ਆ ਦੇਖੋ ਆ ਦੇਖੋ ਇੱਧਰ ਦੇਖੋ ਇੱਧਰ ਦੇਖੋ ਚੱਲ ਆਪਣਾ ਵੀ ਗਿਆ ਸੱਜਾ ਵੀ ਵੜਤਾ ਸੱਜਾ ਵੜਤਾ ਉਹ ਜਾ ਰਿਹਾ ਉਸਤਾਦ ਨੀ ਕੀ ਹੁੰਦੇ ਨੇ ਫਿਰੋਜ਼ਪੁਰੀ ਹੁੰਦੇ ਨੇ ਚੁੱਕਿਆ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਕਿ
ਡੋਰ ਨਾਲ ਡੋਲਾ ਕਿੱਦਾਂ ਉਡਾਈ? ਹਾਂ ਡੋਰ ਨਾਲ ਬੰਨ ਕੇ ਡੋਲਾ ਡਾਵਾਂ, ਤਲਾਵਾਂ ਪਾਣੀਆਂ ਦਿਖਾਵਾਂਗੇ, ਡੋਲੇ ਦੀਆਂ ਤਲਾਵਾਂ ਕਿੱਦਾਂ ਪਾਈ? ਬਿਲਕੁਲ ਤਾਜ਼ੀ ਦਾ ਗਿਆ ਭਾਈ ਦਾ ਗਿਆ ਕੀ ਆ ਭਾਜੀ ਪਤੰਗ ਭੋਗ ਕਰਾ ਲਿਆ ਇੱਧਰ ਭਾਜੀ ਡੋਲੇ ਨੂੰ ਪਾਣ ਲੱਗਿਆ ਜੀ ਤਲਾਵਾਂ ਤਾਂ ਹੁਣ ਆਪਾਂ ਇੱਕ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਮਾਰਾਂਗੇ ਇੱਕ ਨੋਟ ਮਾਰਾਂਗੇ ਇੱਕ ਨੋਟ ਮਾਰ ਗਏ ਉਸ ਤੋਂ ਬਾਅਦ ਡੋਰ ਫੜੋ ਡੋਰ ਫੜੋ ਡੋਰ ਫੜਾਓ ਗੱਟੂ ਫੜਾਓ ਗੱਟੂ ਇਹ ਆਪਾਂ ਹਲੇ ਲਓ ਜੀ ਇਹਨੂੰ ਆਪਾਂ ਮਾਰ ਦਈਏ ਗੱਠ ਉਹ ਡੋਲਾ ਆ ਗਿਆ ਓਏ ਡੋਲਾ ਆ ਗਿਆ ਫੜ ਲਓ ਫੜ ਲਓ ਫੜ ਲਓ ਲਓ ਗਾਇਸ ਲਓ ਜੀ ਹੁਣ ਆਪਾਂ ਡੋਲਾ ਲੋਕੀ ਪਤੰਗ ਉਡਾਉਂਦੇ ਨੇ ਆਪਾਂ ਉਡਾਵਾਂਗੇ ਜੀ ਡੋਲਾ ਲਓ ਜੀ ਆਪਣੇ ਡੋਲੇ ਨੂੰ ਲੱਗ ਚੁੱਕੀ ਅੱਗ ਤੇ ਡੋਰ ਬੰਨੀ ਹੋਈ ਆ ਪਤੰਗ ਦੇ ਨਾਲ ਡੋਰ ਨਾਲ ਚੜਕੜੀ ਨਾਲ ਤੇ ਬੱਸ ਨੂੰ ਉਡਾਉਣ ਲੱਗੇ ਆ ਲਓ ਜੀ ਲਾ ਦੀ ਡੋਲੇ ਨੂੰ ਅੱਗ ਹਾਂਜੀ ਤੇ ਆਪਣਾ ਡੋਲਾ ਹੋ ਗਿਆ ਫੁੱਲ ਤੇ ਬੱਸ ਨੂੰ ਉਡਾਉਣ ਲੱਗੇ ਆ ਡੋਰ ਆਪਣੀ ਬੰਨਤੀ ਹੋਈ ਆ ਬੱਸ ਉਡਾ ਦੋ ਲਿਆਓ ਲਿਆਓ ਡੋਰ ਗੁੰਝਲ ਦਾ ਹੀ ਛੱਡ ਦੇ ਤੂੰ ਛੱਡ ਦੇ ਓਹ ਤੁਸੀਂ ਦੇਣਾ ਡੋਰ ਖੁੱਲੀ ਛੱਡ ਕੇ ਰੱਖ ਕੱਢ ਕੇ ਰੱਖ ਲਈ ਜੀ ਹਾਂ ਚਲੋ 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 ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਡੋਰ 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 ਨਹੀਂ ਆ ਰਹੇ ਇਹਨੂੰ ਡੋਰ ਖੁੱਲੀ ਦੋ ਉਹਨੂੰ ਤੋੜ ਦੇ ਯਾਰ ਡੋਰ ਨਹੀਂ 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 ਫੇਰ ਥੱਲੇ ਗਿਆ ਥੱਲੇ ਗਿਆ ਖਿੱਚ ਲੈ ਵਾਪਸ ਖਿੱਚ ਲੈ ਵਾਪਸ ਖਿੱਚ ਲੈ ਵਾਪਸ ਖਿੱਚ ਲੈ ਵਾਪਸ ਖਿੱਚ ਲੈ ਗਿਆ ਹੁਣ ਗਿਆ ਹੁਣ ਜਾਊਗਾ ਹਵਾ ਬਹੁਤ ਤੇਜ਼ ਚੱਲ ਰਹੀ ਆ ਦੁਬਾਰਾ ਖਿੱਚ ਲੈ ਹਵਾ ਨੀ ਚੱਲ ਰਹੀ ਹੁਣ ਛੱਡ ਦੋ ਛੱਡ ਦੋ ਛੱਡ ਦੋ ਚਲੋ ਚਲੋ ਛੱਡ ਦੋ ਹੁਣ ਹੁਣ ਜਾਊਗਾ ਇਹ ਆਹ ਦੇਖੋ ਫੇਰ ਥੱਲੇ ਗਿਆ ਹੁਣ ਜਾਊਗਾ ਉੱਡਦਾ ਗਿਆ 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 ਉਹਦੇ ਕੋਲ ਕਾਗਜ਼ ਆਪਣਾ ਚਮੇੜ ਲਓ ਬਈ ਚਮੇੜ ਲਓ ਚਮੇੜ ਲਓ ਕੁਆਟਰ ਕੁਟਿਆ ਸਾਹਿਬ ਗੁਰਦੁਆਰੇ ਦੀ ਓ ਗਿਆ 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 ਥੱਲੇ ਗਿਆ ਥੱਲੇ ਗਿਆ ਇਹ ਦਿੱਤੀ ਲੈਣ ਨੂੰ ਕਸ਼ਿੰਗਾਰ ਕੋਲ ਇਹ ਤਾਂ ਕੇ ਇਹ ਲਾਉ ਕੇ ਇਹਦੇ ਘਰੇ ਅੱਗ ਉਹ ਗਲੀ ਚ ਗਿਆ ਉਹ ਗਲੀ ਚ ਗਿਆ ਲਓ ਜੀ ਆਪਣੇ 6 ਫੁੱਟ ਵਾਲਾ ਆ ਗਿਆ ਵਾ 6 ਫੁੱਟ ਵਾਲੀ ਗੁੱਡੀ ਆਪਣੀ ਤਿਆਰ ਹੈ ਹੁਣ ਬਾਅਦ ਤਣਾਵਾਂ ਪਾ ਕੇ ਚੜਾਉਣਾ ਸਮਾਨ ਚ ਕੰਨੂਰੇ ਤੁਹਾਡੀ ਬਿਲਕੁਲ ਹਾਈਟ ਤੇ ਪੂਰੀ 6-6 ਫੁੱਟ ਦੇ ਬਰਾਬਰ ਹੈ ਦੋਨੋਂ 6 ਫੁੱਟ ਦੇ ਹੀ ਹੋ ਲਿਓ ਜੀ ਇੱਕ ਹੋਰ ਆ ਗਿਆ ਆਏ ਆ ਚੱਕਰ ਉੱਡੀ ਦੋ ਵੀ ਆਪਣੇ 6 ਫੁੱਟ ਵਾਲੇ ਗੁੱਡੇ ਨੂੰ ਕੰਨੂਰੇ ਨੇ ਪਾਤੀ ਤਲਾਵਾਂ ਤੇ ਹੁਣ ਬਾਅਦ ਥੱਲੇ ਟ੍ਰਾਂਸਫਰ ਮਾਰ ਰਹੇ ਹਾਂ ਕਿਉਂਕਿ ਆਪਾਂ ਵੱਡਾ ਪਤੰਗ ਉਡਾਵਾਂਗੇ ਥੱਲੋਂ ਥੱਲੋਂ ਕਿ ਉਡਾਉਣਾ ਵੱਡਾ ਪਤੰਗ ਵੈਸੇ ਆਪਾਂ ਖਿੱਚਣਾ ਪਵੇ ਤਾਂ ਕਿ ਸਾਨੂੰ ਕੋਈ ਖਿੱਚਣਾ ਮਾਰ ਸਕੇ ਹਾਂਜੀ ਤੇ ਹੁਣ ਹਾਂਜੀ ਤੇ ਆਪਣਾ 6 ਫੁੱਟ ਵਾਲੇ ਗੁੱਡੇ ਨੂੰ ਤਲਾਵਾਂ ਪੈ ਗਈਆਂ ਨੇ ਤੇ ਇਹਨੂੰ ਡਬਲ ਡੋਰ ਕਰਕੇ ਉਡਾ ਰਹੇ ਹਾਂ ਟ੍ਰਿਪਲ ਕਰਕੇ ਉਹ ਤੀਜਾ ਵੀ ਆ ਗਿਆ ਤੇ ਕੱਟ ਹੋਰ 3 ਡੋਰਾ ਕਰਕੇ ਉਡਾ ਰਹੇ ਆ ਤਾਂ ਕਿ ਸਾਡਾ ਕੋਈ ਬੋਹ ਨਾ ਕਰ ਸਕੇ ਓਏ ਨਾ ਯਾਰ ਮਸਕਰੀਆਂ ਨਾ ਕਰੋ ਰਹਿਣ ਦੋ ਰਹਿਣ ਦੋ ਰਹਿਣ ਦੋ ਆ ਦੇਖੋ ਸਾਡੀ ਪ੍ਰੋਟੈਕਸ਼ਨ ਆ ਗਈ ਹੈ ਜੀ ਤੁਸੀਂ ਕਦੇ ਵੀ ਪਤੰਗ ਨਾਲ ਪ੍ਰੋਟੈਕਸ਼ਨ ਜ਼ਰੂਰ ਯੂਜ਼ ਕਰਿਓ ਤੀਜੀ ਪਤੰਗ ਨਾਲ ਬਿਲਕੁਲ ਇੱਕ ਬੋਹ ਯਾਰ ਹਾਂ ਇੱਕ ਛੋਟਾ ਉਡਾ ਲਓ ਇੱਕ ਛੋਟਾ ਸਿਕਿਉਰਿਟੀ ਵਾਸਤੇ ਨਾਲ ਨਾਲ ਉਡਾ ਲਓ ਇੱਕ ਜਾ 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 ਉੱਥੇ ਜਾ ਕੇ ਉਹਨਾਂ ਨੂੰ ਫੜਾ ਦੇ ਭਾ ਉਹਨਾਂ ਨੂੰ ਗੁੱਡੀ ਫੜਾ ਦੇ ਉਹ ਡੋਰ ਤੋਂ ਫੜਨਾ ਡੋਰ ਤੋਂ ਫੜ ਹਾਂ ਡੋਰ ਤੋਂ ਫੜ ਚੱਲ 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 ਟ੍ਰਿਪਲ ਡੋਰ ਆਹ ਦੇਖੋ ਜੀ ਟ੍ਰਿਪਲ ਡੋਰ ਹੈ ਲਓ ਜੀ ਆਪਣਾ ਗੁੱਡਾ ਤੀਜੇ ਕੋਠੇ ਚੱਲ ਗਿਆ ਵਾ ਤਿੰਨ ਡੋਰਾਂ ਦਾ ਪਤੰਗ ਉਡਾਉਣ ਲੱਗੇ ਆ ਪਤੰਗ ਤਾਂ ਵੀ ਇਹਨਾਂ ਦਾ ਬੋਈ ਹੋਣੇ ਹਾਂ ਇਹ ਹੁੰਦੀ ਹੈ ਪ੍ਰੋਟੈਕਸ਼ਨ ਹਾਂ ਜਿੱਦਾਂ ਦੀਵਾਲੀ ਦੇ ਆਪਾਂ ਕੀ ਲੈ ਕੇ ਆਉਂਦੇ ਪਟਾਕੇ ਚਲਾਉਣੇ ਕਿੰਨੇ ਆ ਬਸ 5-10 ਮਿੰਟ ਵਾਸਤੇ ਹੁੰਦਾ ਇਹਨਾਂ ਨੂੰ ਕੀ ਪਤਾ ਹਾਂ
ਤਿਆਰੀ ਕਰਨ ਨੂੰ ਆਪਾਂ ਟਾਈਮ ਲਾਇਆ। ਹਾਂ ਚਲੋ ਜੀ, ਉਹ ਆ ਗਈ ਜੀ ਕੰਨੀ ਆਪਾਂ ਨੂੰ ਦੂਰੋਂ ਦੀ, ਤੀਜੇ ਛੋਟੇ ਕੋਠੇ ਬਹੁਤ ਹੈਲਪ ਮਿਲ ਰਹੀ ਹੈ, ਹੈਲਪ ਕਾਫੀ ਮਿਲ ਰਹੀ ਹੈ ਸਾਨੂੰ। ਉਹ ਅੱਗ ਨਾ ਲਾ ਦੀ ਹੈ, ਆ ਜਾ ਆ ਜਾ, ਬਾਪ ਕੰਨੀ ਮਿਲ ਰਹੀ ਹੈ ਆਪਾਂ ਨੂੰ ਉਧਰੋਂ ਦੀ। ਭਾਜੀ ਇੱਕ ਮਿੰਟ ਰੁਕਿਓ ਰੁਕਿਓ, ਭਾਜੀ ਇੱਕ ਮਿੰਟ ਲੈ ਲਓ ਉਡਾ ਦੋ ਉਡਾ ਦੋ। ਚਲੋ ਉਡਾਓ 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 ਉਡਾਓ, ਹਵਾ ਨੀ ਲੱਗ ਰਹੀ, ਆ ਗਈ ਹਵਾ, ਹਵਾ ਆ ਗਈ, ਹਵਾ ਨੀ ਲੱਗ ਰਹੀ ਯਾਰ। ਡੋਰ ਨੀ ਪੈ ਰਹੀ ਇੱਥੇ, ਉੱਪਰ ਚੱਕੋ ਉੱਪਰ ਗੁੱਡਾ, ਹਜੇ ਉੱਪਰ ਦਿਨ ਤਾਂ ਦੋ ਹਜੇ। ਉਹ ਕਿਸੋ ਕਿਸੋ ਖੇਚਾ ਕੀ ਖੇਚਾ ਨਹੀਂ ਆਏ, ਉਹ ਇੱਕ ਗਿਆ ਹੋਰ, ਉਹ ਜਾ ਰਿਹਾ, ਉਹ ਗਿਆ, ਸਾਡੇ ਇੱਕ ਗੁੱਡੇ ਨੇ ਕਿੰਨੇ ਵੜਤੇ, ਇੱਕ ਹੋਰ ਵੇਚਾ ਲੱਗਾ ਲੱਗਦਾ ਬਾਈ, ਹੁਣ ਤਾਂ ਲੱਗੀ ਜਾਣੇ ਆ, ਹੁਣ ਤੇ 25-30 ਵੜਤੇ। ਆ ਗਈ ਖੇਚਾ, ਗਈ ਖੇਚਾ, ਖੇਚਾ ਗਈ, ਖੇਚਾ ਗਈ, ਚੱਲ ਲੱਗ ਗਿਆ ਵੇਚਾ, ਲੱਗ ਗਿਆ ਵੇਚਾ, ਲੱਗ ਗਿਆ। ਆਪਣਾ ਪਤੰਗ ਹੋ ਗਿਆ ਛੇ ਫੁੱਟ ਜਾ ਕਹਿੰਦੇ ਵੀਰੇ, ਆਪਣੀ ਉਹ ਦਿਖਾਇਓ, ਹੱਥਾਂ ਦਾ ਹਾਲ, ਹੱਥਾਂ ਦਾ ਹਾਲ ਦਿਖਾਇਓ, ਆਹ ਚੈੱਕ ਕਰੋ ਗਲਵਸ ਆਪਾਂ ਆ ਚੁੱਕੇ ਥੱਲੇ ਤੇ ਹੁਣ ਆਪਾਂ ਉਡਾ ਕੇ ਥੱਕ ਥੁੱਕ ਕੇ ਖਾਣਾ ਪੀਣਾ ਖਾ ਕੇ ਮੈਂ ਕਿਹਾ ਸੋਚ ਰਿਹਾ ਵਲੋਗ ਐਂਡਿੰਗ ਕਰ ਦਈਏ, ਬਹੁਤ ਚਿਰ ਹੋ ਗਿਆ ਆਪਾਂ ਨਾ ਵਲੋਗ ਦੀ ਐਂਡਿੰਗ ਨਹੀਂ ਕਰ ਰਹੇ ਸੀਗੇ। ਓਕੇ ਬਾਏ ਗਾਇਜ਼, ਸੀ ਯੂ, ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਸਾਡੇ ਚੈਨਲ ਨਾਲ ਜੁੜੇ ਰਹੋ। ਆਪਾਂ ਹੁਣ 10K ਵਲੋਗਸ ਪੂਰੇ ਕਰਨੇ, ਉਹ ਸੋਰੀ ਵਲੋਗਸ ਨਹੀਂ, 10K ਸਬਸਕ੍ਰਾਈਬਰ ਪੂਰੇ ਕਰਨੇ। ਓਕੇ ਬਾਏ ਗਾਇਜ਼, ਡੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ। ਓਕੇ, ਅਨਮੋਲ ਦੱਸੂਗਾ ਕੀ ਕਰਨਾ, ਲਾਈਕ ਤੇ ਘੰਟੀ ਵਾਲੀ ਬੈਲ ਨੂੰ ਪ੍ਰੈਸ ਕਰ ਦੋ। ਆਪਾਂ ਭੁੱਲ ਗਏ ਸੀਗੇ, ਚਲੋ ਕੁਛ ਤਾਂ ਫਾਇਦਾ ਹੁੰਦਾ ਗੋਲੇ ਦਾ। ਗਾਇਜ਼ ਮਿਲਦੇ ਹਾਂ ਨੈਕਸਟ ਵਲੌਗ। ਓਕੇ, ਆ ਮੈਂ ਹੱਥ ਤੱਕ ਆਪਣੇ ਆਪ ਲਿਆਉਣਾ।